ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਵਾਇਸ ਆਫ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ 23 ਜੂਨ 2020 ਨੂੰ ਕਲੀਨਿਕਲ ਐਸਟੈਬਲਿਸ਼ਮੈਂਟ ਬਿੱਲ ਯਾਨੀ ਕਿ CEB ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਨੇ ਹੜਤਾਲ ਕੀਤੀ ਸੀ ਇਸ ਤੋਂ ਬਾਅਦ ਆਮ ਜਨਤਾ ਦੇ ਮਨ ਵਿੱਚ CEB ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਸੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਮਸ਼ਹੂਰ ਆਈ ਸਪੈਸ਼ਲਿਸਟ ਡਾਕਟਰ KD ਸਿੰਘ ਸਰ CEB ਨੂੰ ਲੈ ਕੇ ਸੂਬੇ ਦੇ ਤਮਾਮ ਪ੍ਰਾਈਵੇਟ ਹਸਪੀਟਲ ਅਤੇ ਉਹਨਾਂ ਦੇ ਓਨਰ ਜਿਹੜੇ ਹੈਗੇ ਆ ਉਹਨਾਂ 'ਚ ਇੱਕ ਰੋਸ਼ ਵੇਖਿਆ ਜਾ ਰਿਹਾ ਇਹਦੀ ਕੀ ਵਜ੍ਹਾ ਹੈ ਡਾਕਟਰਸ ਦੇ ਫਿਰ ਇੰਨੇ ਗੁੱਸੇ ਦੀ ਕੀ ਕਾਰਨ ਹੈ ਮੈਂ ਤੁਹਾਨੂੰ ਦੱਸਦਾ ਕਾਰਨ ਕੀ ਹੈ ਆਲਰੇਡੀ ਦੇਖੋ ਲੋਕਾਂ ਨੂੰ ਗ੍ਰੀਵੈਂਸਿਸ ਹੈ ਡਾਕਟਰ ਦੇ ਨਾਲ ਕਿ ਡਾਕਟਰ ਨੇ ਚਾਰਜ ਬਹੁਤਾ ਕਰ ਲਿਆ ਡਾਕਟਰ ਨੇ ਮੇਰਾ ਟ੍ਰੀਟਮੈਂਟ ਠੀਕ ਨਹੀਂ ਕੀਤਾ ਡਾਕਟਰ ਨੇ ਮੈਨੂੰ ਧੋਖੇ 'ਚ ਰੱਖ ਕੇ ਮੇਰੇ ਨਾਲ ਮੇਰਾ ਇਲਾਜ ਕੀਤਾ ਜਾਂ ਮੇਰਾ ਟੈਸਟ ਇਹ ਸੀ ਗਲਤ ਰਿਪੋਰਟ ਦੇ ਕੇ ਮੈਨੂੰ ਫਲੀਸ ਕੀਤਾ ਮੇਰੇ ਕੋਲ ਪੈਸੇ ਲਏ ਇਹੋ ਹੀ ਆਮ ਤੌਰ 'ਤੇ ਪੇਸ਼ੈਂਟ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਵਾਸਤੇ ਇੱਕ ਤੁਹਾਨੂੰ ਤਾਂ ਪਤਾ ਤੁਸੀਂ ਖੁਦ ਲਾਅ ਦੇ ਸਟੂਡੈਂਟ ਹੋ ਤੁਹਾਨੂੰ ਪਤਾ ਹੈ ਕਿ ਕੋਰਟਸ ਵੀ ਓਪਨ ਨੇ ਕੰਜ਼ਿਊਮਰ ਫੋਰਮਸ ਵੀ ਨੇ ਠੀਕ ਹੈ ਉਹ ਬੰਦਾ ਆਪਣੀ ਰਿਡਰੈਸਲ ਵਾਸਤੇ ਕਿਧਰੇ ਵੀ ਜਾ ਸਕਦਾ ਜਦਕਿ ਉਹ ਬਹੁਤ ਸੀਰੀਅਸ ਮੈਟਰ ਹੈ ਡਾਕਟਰ ਵਾਸਤੇ ਵੀ ਅਗਰ ਮੇਰੇ ਕੋਈ ਅਗੇਂਸਟ ਕੋਈ ਇਹੋ ਜਿਹਾ ਕੋਈ ਕੇਸ ਮੈਨੂੰ ਨੋਟਿਸ ਆ ਜਾਂਦਾ ਮੇਰੀ ਵੀ ਇੱਕ ਵਾਰੀ ਜਾਨ ਹਿੱਲ ਜਾਂਦੀ ਹੈ ਕਿ ਵੀ ਇਹ ਕੀ ਪੰਗਾ ਪੈ ਗਿਆ ਡਾਕਟਰਸ ਟੇਕ ਇਟ ਸੀਰੀਅਸਲੀ ਪਲੱਸ ਜਿਵੇਂ ਤੁਸੀਂ ਵਕੀਲ ਹੋ ਤੁਹਾਡੇ ਕੋਲ ਬਾਰ ਕੌਂਸਲ ਹੈ ਔਰ ਕਿਸੇ ਵਕੀਲ ਦੀ ਅਗਰ ਅਸੀਂ ਸ਼ਿਕਾਇਤ ਕਰੀਏ ਬਾਰ ਕੌਂਸਲ 'ਚ ਉਸ ਵਕੀਲ ਨੂੰ ਵੀ ਬਹੁਤ ਘਬਰਾਹਟ ਹੋ ਜਾਂਦੀ ਹੈ ਵੀ ਮੇਰੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਸੀ ਠੀਕ ਹੈ ਸਿਮੀਲਰਲੀ ਡਾਕਟਰਾਂ ਦੇ ਕੋਲ ਇੱਕ ਪੰਜਾਬ ਮੈਡੀਕਲ ਕੌਂਸਲ ਇੱਕ ਇਹੋ ਜਿਹੀ ਬਾਡੀ ਹੈ ਜਿਹੜੀ ਉਹ ਡਾਕਟਰਸ ਨੂੰ ਸਜ਼ਾ ਦੇ ਸਕਦੀ ਹੈ ਉਹਨਾਂ ਦੀ ਟੈਂਪਰੇਰੀ ਰੱਦ ਕਰ ਸਕਦੀ ਹੈ ਰਜਿਸਟ੍ਰੇਸ਼ਨ ਉਹਨਾਂ ਨੂੰ ਪ੍ਰੈਕਟਿਸ ਕਰਨ ਤੋਂ ਰੋਕ ਸਕਦੀ ਹੈ ਜਾਂ ਕੋਈ ਫਾਈਨ ਲਾ ਸਕਦੀ ਹੈ ਔਰ ਈਵਨ ਕਿ ਇੰਪ੍ਰਿਜ਼ਨਮੈਂਟ ਵਾਸਤੇ ਵੀ ਰਿਕਮੈਂਡ ਕਰ ਸਕਦੀ ਹੈ ਅਗਰ ਉਹ ਬਾਡੀ ਨੂੰ ਇਹ ਹੋ ਜਾਵੇ ਪਤਾ ਕਿ ਵਾਕਈ ਡਾਕਟਰ ਨੇ ਇੰਨਾ ਅਨਐਥੀਕਲ ਕੰਮ ਕੀਤਾ ਔਰ ਇੰਨਾ ਡੈਮੇਜਿੰਗ ਕੰਮ ਕੀਤਾ ਔਰ ਗਲਤ ਕੰਮ ਕੀਤਾ ਰਿਜ਼ਲਟ ਕਿਸੇ ਓਪਰੇਸ਼ਨ ਦਾ ਸਾਡੇ ਮੁਤਾਬਕ ਨਹੀਂ ਆਉਣਾ ਸਾਡੇ ਹੱਕ 'ਚ ਨਹੀਂ ਹੈ ਹੁਣ ਅਸੀਂ ਲਿਵਿੰਗ ਬਾਡੀ 'ਤੇ ਓਪਰੇਸ਼ਨ ਕਰ ਰਹੇ ਹਾਂ ਉਹਦਾ ਰਿਜ਼ਲਟ ਕੀ ਆਏਗਾ ਉਹ ਮੇਰੇ ਵੱਸ 'ਚ ਨਹੀਂ ਹੈ ਅਸੀਂ ਆਪਣੀ ਮਿਹਨਤ ਕਰ ਸਕਦੇ ਹਾਂ ਰਿਜ਼ਲਟ ਵੀ ਕੁਛ ਹੱਦ ਤੱਕ ਆਪਣੇ ਹੱਥ 'ਚ ਹੈ ਲੇਕਿਨ 100% ਅਸੀਂ ਨਹੀਂ ਕਹਿ ਸਕਦੇ ਕਿਉਂਕਿ ਬਾਡੀ ਬੜੀ ਮੈਂ ਅੱਖ ਦਾ ਓਪਰੇਸ਼ਨ ਕਰ ਰਿਹਾ ਅਤੇ ਹਾਰਟ ਵੀ ਸਟੋਪ ਹੋ ਸਕਦਾ ਤੋ ਇਸ ਵਾਸਤੇ ਬ੍ਰੇਨ ਹੈਮਰੇਜ ਵੀ ਹੋ ਸਕਦੀ ਹੈ ਔਰ ਅੱਖ ਨਾਲ ਰਿਲੇਟਡ ਵੀ ਕੋਈ ਨਹੀਂ ਸੋ ਇਸ ਵਾਸਤੇ ਕੋਰਨਰ ਲੇਕਿਨ ਡਾਕਟਰਸ ਦੇ ਕੰਡਕਟ ਨੂੰ ਚੈੱਕ ਕਰਨ ਵਾਸਤੇ ਆਮ ਬੰਦੇ ਕੋਲ ਕਾਫੀ ਸਾਰੀਆਂ ਏਜੰਸੀਜ਼ ਨੇ ਜਿਹੜੀਆਂ ਉਹ ਰਿਡਰੈਸਲ ਵਾਸਤੇ ਜਾ ਸਕਦਾ ਅਤੇ ਫਿਰ ਸਡਨਲੀ ਇਸ ਇੱਕ ਹੋਰ ਏਜੰਸੀ ਤੁਹਾਡੇ ਸਿਰ 'ਤੇ ਆ ਕੇ ਬਿਠਾਉਣ ਦੀ ਕੀ ਜ਼ਰੂਰਤ ਹੈ ਕਿਉਂਕਿ ਆਲਰੇਡੀ ਮੇਰਾ ਬੇਸਿਕ ਕੰਮ ਤਾਂ ਓਪਰੇਸ਼ਨ ਕਰਨਾ ਮਰੀਜ਼ ਦੇਖਣਾ ਅਤੇ ਮੈਂ ਜੇ ਹਿਸਾਬ ਤਾਂ ਵੀ ਲਾਉਂਦਾ ਰਹਾਂ ਫਾਰਮ ਵੀ ਭਰਦਾ ਰਹਾਂ ਔਰ ਮੈਂ ਇਹ ਕਹਾਂ ਵੀ ਮੇਰੇ ਕੋਲ ਇਹ ਪੇਸ਼ੈਂਟ ਅੰਦਰ ਆਇਆ ਅਤੇ ਇਹ ਪੋਟੈਂਸ਼ੀਅਲ ਲਿਟੀਗੈਂਟ ਹੈ ਮੈਂ ਉਹਨੂੰ ਉਸ ਤਰ੍ਹਾਂ ਬਿਹੇਵ ਕਰਾਂ ਠਹਿਰੋ ਪਹਿਲਾਂ ਬਈ ਕਾਗਜ਼ ਠੀਕ ਹੋ ਗਏ ਨਹੀਂ ਪੂਰੇ ਕਿ ਨਹੀਂ ਹੋ ਗਏ ਫਲਾਣਾ ਹੋ ਗਿਆ ਕਿ ਨਹੀਂ ਹੋ ਗਿਆ ਪੂਰਾ ਕੰਸੈਂਟ ਆ ਗਈ ਕਿ ਨਹੀਂ ਆ ਗਈ ਫਲਾਣਾ ਆ ਗਿਆ ਕਿ ਨਹੀਂ ਫਲਾਣਾ ਕਾਗਜ਼ ਪੂਰਾ ਉਨੀ ਦੇਰ 'ਚ ਵਿਚਾਰਾ ਬੰਦਾ ਭਾਵੇਂ ਪੂਰਾ ਹੋ ਜਾਵੇ ਲੇਕਿਨ ਬੰਦਾ ਕਹਿੰਦਾ ਭਰਾ ਮੈਨੂੰ ਕਾਗਜ਼ ਪੂਰੇ ਕਰਨ ਦਿਓ ਆਪਣੇ ਪਤਾ ਨਹੀਂ ਕੱਲ੍ਹ ਨੂੰ ਇਹਨੇ ਮੇਰੇ ਗੱਲ ਕਿੱਥੇ ਪੈਣਾ ਇਹੋ ਜਿਹੀ ਸਿਚੁਏਸ਼ਨ ਨਾ ਆਉਂਦੇ ਹੋ ਡਾਕਟਰਸ ਪੇਸ਼ੈਂਟ ਦਾ ਰਿਲੇਸ਼ਨਸ਼ਿਪ ਇੱਕ ਪਿਓਰ ਰਿਲੇਸ਼ਨਸ਼ਿਪ ਹੈ ਸਰਕਾਰ ਨੂੰ ਚਾਹੀਦਾ ਉਹਨੂੰ ਉਹੋ ਜਿਹਾ ਰਹਿਣ ਦਿਓ ਸਿਰਫ ਕੀ ਹੈ ਪ੍ਰੋਬਲਮ ਕੀ ਹੈ ਮੈਂ ਤੁਹਾਨੂੰ ਦੱਸਾਂ ਕਿ ਗਵਰਨਮੈਂਟ ਹੋਸਪਿਟਲਾਂ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੀ ਹੈ ਤਾਂ ਕਿ ਜਦੋਂ ਸਾਡੀ ਪਰਚੀ ਲੈ ਕੇ ਕੋਈ ਬੰਦਾ ਜਾਏ ਨਾ ਅਫਸਰਾਂ ਦੀ ਉਹਨੂੰ ਬੰਦੇ ਫ੍ਰੀ ਵੇਖ ਲਓ ਉਹ ਵੈਸੇ ਫ੍ਰੀ ਦਾਂਦੇ ਕਿਹੜੇ ਪੈਸੇ ਦਿੰਦੇ ਦਿਸ ਇਜ਼ ਦੀ ਓਨਲੀ ਥਿੰਗ ਦੈਟਸ ਆਲ ਸਰ ਲੀਗਲ ਏਡ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹਦਾ ਕੋਈ ਰਾਸਤਾ ਜਿਹੜਾ ਹੈਗਾ ਉਹ ਇਸ ਬਿੱਲ 'ਚ ਨਹੀਂ ਹੈਗਾ ਨਾ ਕੋਈ ਅਪੀਲ ਹੈਗੀ ਨਾ ਕੋਈ ਹੇਅਰਿੰਗ ਹੋ ਸਕਦੀ ਹੈ ਇਸ ਨੂੰ ਲੈ ਕੇ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਡਾਕਟਰਸ ਦੇ ਰਾਈਟ ਹੈਗੇ ਆ ਉਹਨੂੰ ਵੀ ਕਿਤੇ ਨਾ ਕਿਤੇ ਦਬਾਇਆ ਗਿਆ ਹੈ ਇਸ ਬਿੱਲ ਦੇ ਅੰਡਰ ਕਿ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਮੈਨੂੰ ਕੋਈ ਬੰਦਾ ਕੋਰਟ 'ਚ ਜਾਣ ਤੋਂ ਰੋਕ ਨਹੀਂ ਸਕਦਾ ਮੈਂ ਤੁਹਾਨੂੰ ਸਿੰਪਲ ਜਿਹੀ ਗੱਲ ਦੱਸਾਂ ਚਾਹੇ ਮੈਂ ਪ੍ਰਾਈਵੇਟ ਬੰਦਾ ਚਾਹੇ ਮੈਂ ਗਵਰਨਮੈਂਟ ਦਾ ਬੰਦਾ ਹਾਂ ਮੇਰੇ ਉੱਪਰ ਕੇਸ ਚੱਲਣ ਵਾਸਤੇ ਭਾਵੇਂ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪਵੇ ਪ੍ਰੋਸੀਕਿਊਸ਼ਨ ਦੀ ਇਹ ਗਵਰਨਮੈਂਟ ਆਪਣੇ ਇੰਪਲਾਈਜ਼ ਨੂੰ ਪ੍ਰੋਟੈਕਟ ਕਰਦੀ ਹੈ ਕਿ ਜੋ ਵੀ ਮੇਰਾ ਇੰਪਲਾਈ ਹੈ ਗਵਰਨਮੈਂਟ ਦਾ ਕੋਈ ਕੰਮ ਕਰਦਾ ਪਿਆ ਲੈਟ ਅਸ ਸਪੋਜ਼ ਡੈਪਟੀ ਕਮਿਸ਼ਨਰ ਜਾਂ ਕੋਈ SHO ਜਾਂ ਕੋਈ ਵੀ ਬੰਦਾ ਇੱਕ ਇਹੋ ਜਿਹੇ ਆਰਡਰ ਕਰਦਾ ਜਿਹੜੇ ਆਰਡਰ ਲੋਕਾਂ ਨੂੰ ਪਸੰਦ ਨਹੀਂ ਹੈ ਜਿਹਦੇ ਨਾਲ ਕਿਸੇ ਨੂੰ ਹਾਰਮ ਹੁੰਦਾ ਔਰ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕੋਰਟ 'ਚ ਨਹੀਂ ਜਾ ਸਕਦਾ ਉਹ ਕੋਰਟ ਵਿੱਚ ਜਾ ਕੇ ਆਪਣੇ ਉਸ ਰਿਡਰੈਸਲ ਲੈ ਸਕਦਾ ਉਹ ਕੋਰਟ ਵਿੱਚ ਜਾ ਕੇ ਆਪਣੀ ਪ੍ਰੋਬਲਮ ਹੱਲ ਕਰਾ ਸਕਦਾ ਹਾਂ ਇੱਕ ਕਾਨੂੰਨ ਇਹ ਪ੍ਰੋਟੈਕਟ ਕਰਦਾ ਕਿ ਤੁਸੀਂ DC ਨੂੰ ਕੁਛ ਨਹੀਂ ਕਹਿ ਸਕਦੇ ਉਹਨੇ ਗੁੱਡ ਫੇਥ 'ਚ ਕੀਤਾ ਸੀ ਕੰਮ ਸਿਮੀਲਰਲੀ ਅਗਰ ਮੈਨੂੰ ਕੋਈ
कोई भी अगर इस सैक्शन अंडर, चाहे सिविल सर्जन, चाहे हेल्थ सैकटरी, चाहे गवर्नमेंट या जो कोई बॉडी बने जिहदे अंडर असी डायरैक्टर हेल्थ सर्विसेज, जिहड़े मैनू कोई सजा लगांदे आ या मैनू कोई वो इहो जिहा ऑर्डर करदे आ मेरे हॉस्पिटल उपर जिहड़ा मैनू पसंद नहीं, लेकिन वह मैनू कोर्ट च जाण नूं नहीं रोक सकते। हाँ, जदों मैं कोर्ट च जावांगा मैनू कोर्ट उस ऑर्डर नूं सैटिसफाइड करके मैनू रिलीफ दे सकदा, लेकिन कोर्ट डायरैक्टर हेल्थ सर्विसेज नूं नहीं करेगा भी इहनूं कोई फाइन ला दो अगर कोई उहदा ग्रॉस मिसटेक नहीं है। हाँ, अगर मैं बाय नेम उहनूं कंप्लेंट करा भी दिस ही हैज़ डन परपसली, मैनू जान के विक्टिमाइज करने वास्ते कीता, नोबडी कैन स्टॉप मी। अगर कोई बंदा मैनू कोर्ट जाण तों रोकेगा और मैं कोर्ट जाके ये बयान देता भी दिस परसन स्टॉप्ड मी फ्रॉम कमिंग टू कोर्ट, यू नो इट कैन बी कंटेंप्ट ऑफ कोर्ट अगेंस्ट हिम प्रोसीडिंग, जो रोकेगा। ये बड़ी क्लीयर है कि जुडिशरी इन्ना सोहना अंग्रेज जुडिशरी का बना चुके, बना के गए ने तुहानू जिहड़ी सब तो वड्डी देन इस वेले, मैं समझदा अज मैं महसूस कर रहा वा कि तुहानू अगर सोसाइटी नू दे के गए ना तो जुडिशरी दे के गए, इंडिपेंडेंट जुडिशरी। इस तो उपर अंग्रेज़ों की देन हाले पता नहीं है या नहीं, लेकिन एक गल मैनू पक्का पता, नोबडी कैन स्टॉप मी फ्रॉम गोइंग टू कोर्ट्स। सर, जेकर आप गल करिए आम जनता की, तो किस तरह का प्रभाव तुम समझते हो पेगा उन्हों की जिंदगी कि ये आने कॉस्ट जी है ट्रीटमेंट की वह बढ़ जाएगी या घट जाएगी या क्वालिटी इंप्रूव होएगी या घटेगी, तुम की समझते हो? देखो, ये आन दे नाल जे तुम कहो जी क्वालिटी ऑफ सर्विसेज इंप्रूव होने, वो मैं नहीं समझता भी कोई सच्चाई है, क्योंकि ऑलरेडी मार्केट के कॉम्पीटिटिव फोर्सिज बहुत ने। अज मैं एक हॉस्पिटल खोलिया, फिर मेरे नाल एक मेरे वर्गा एक होर हॉस्पिटल बन गया, फिर तीसरा हॉस्पिटल बन गया, फिर होर डॉक्टर आ गए। जदों सब डॉक्टर आए आपस च, जदों कंपटीशन फोर्सेस आईयां, तो मैं कहा नहीं यार, मैनू भी इंप्रूव करना पड़ेगा। मैं अपने बाहर, मैनू भी ठंडे पानी का मैं लाता कूलर, मैं भी अंदर एसी करवा ला, मैं भी अपने हॉस्पिटल इंप्रूव करा, मैं भी अपनी सर्विसेज इंप्रूव करा, मैं भी अपनी नर्सिज इंप्रूव करा, मैं अपने डॉक्टर्स इंप्रूव करा, मैं टेक्नोलॉजी इंप्रूव करा, मैं इंस्ट्रूमेंट्स और खरीदा ताकि मैं अपने आप को अपडेट रख सकां। ये मार्केट दीयां कॉम्पीटिटिव फोर्सेज तुहानू ऑलरेडी कंपेल कर रही ने अपने इंप्रूव करन नू। ये कंपलसरी मेरे को इंप्रूव नहीं तुसीं करा सकते। अगर तुसी कंपलसरी इंप्रूव करोगे नहीं डॉक्टर केड़ी तू यह भी खरीद, तू यह भी खरीद, तो मैं नहीं खरीद सकता। लेकिन हाँ, जदों मार्केट कॉम्पीटिशन है बई, मैं पिछे रह जाऊँगा। सिमिलरली तुसी नोट किए होगे नवे हॉस्पिटल जिहड़े बंदे पए ने, देखते हो किड्डे सोहने सोहने बंदे पए ने, क्यों बंदे पए, होटलों वर्गे हॉस्पिटल बंदे पए ने। ये कॉम्पीटिशन ही है ना मार्केट का, किसी ने नहीं उन्होंने कहा कि होटल वर्गे हॉस्पिटल बनाओ। ये तो हर बंदा ये सोचता है कि मैं अपने तो बैटर काम करा। दूसरी चीज़ तुसी कही सी भी क्या इलाज सस्ता होएगा या महंगा होएगा? देखो, डेफिनेटली महंगा भी होएगा, क्योंकि मेरे उत्ते बहुत ज़्यादा रिस्क पै जाएगियां खर्चे। खर्चा सब तो वड्डा पेगा मेरे बैंक लोन्स का। एक डॉक्टर कहता है जी तुसी जड़ा नहीं जी तुसी हुण दो कनाल तो छोटा हॉस्पिटल नहीं बना सकते, तो मैं वड्डी जगह खरीदांगा, वड्डा हॉस्पिटल बनावांगा, वड्डे लोन लवांगा। जे मैं वड्डे लोन लवांगा तो मैं लोन भी वापस करने और लोन तो इंट्रस्ट भी वापस करना, तो कितों लवांगा दसो? महंगा ही होएगा ना। तीसरी कि क्या सर्विसिज लोगों को अवेलेबल होंगी इमीजिएटली कि नहीं, किस तरह होनगियाँ? जिहड़ा हॉस्पिटल साढ़े 100 गज दूर से वो तो बंद कराता, जिहड़ा हॉस्पिटल मेरे तो 10 किलोमीटर या 4 किलोमीटर दूरी दे है, उत्थे मेरा जाना ईजी होएगा कोई? जिहड़े छोटे डॉक्टर्स जिहड़े को अपने किन्नी देर तो ये सर्विसिज ऑलरेडी प्रोवाइड कर रहे हैं। मैनू एक चीज़ समझ नहीं आई, मैं तुहाडे माध्यम तो सरकार नूं पुछना चाहना कि ये इंप्लीमेंट करन दा आइडिया आया कितों, क्योंकि तुहानू किने कंप्लेन की है भी चाहिए है? कितों डिमांड आई? किहड़ी पोलीटिकल पार्टी ने डिमांड किया? किहड़े ग्रुप ने डिमांड किया? किहड़े NGO ने डिमांड किया? किहड़े अखबारों की चीज़ होया सडनली कि एकदम इन्नी डिमांड पैदा हो गई कि तुहानू ऑर्डिनेंस लियाना पिया? ये भी नहीं कि विधानसभा डिस्कस ही कर लो कि सडनली एमरजेंसी आ गई सी कि जिहदे करके ये तुहानू ये एक्ट लियाना पिया एज ए ऑर्डिनेंस। डॉक्टर साहब, बहुत बहुत धन्यवाद है तुहाडा। तो ये सीगे साडे नाल डॉक्टर KD सिंह जी, जिन्हां ने बड़े आसान तरीके नाल CEB एक्ट नूं एक्सप्लेन किया, समझाया साढ़े दर्शकों लिए। जिन्हां का कहना है कि इस एक्ट के लागू होने नाल एक तो जिहड़ा खर्च है डॉक्टर का अपनी बिल्डिंग बनाउण दा, अपना हॉस्पिटल बनाउण दा, वह वध जाएगा, तो जिहड़ा वह खर्च सीधे सीधे आम जनता दे पेगा। हुण वेखण वाली गल यह होएगी कि सरकार डॉक्टर दी इन्हां मंगां नूं सीरीअसली लैंदी है या फिर एक बार फिर इन्हां दे कन्नां ते कोई जू नहीं रेंगदी।
अपने सहयोगी पारस भगत दे नाल सुलक्षा ठाकुर वॉइस ऑफ पंजाब पठानकोट।